ਨਾ ਟ੍ਰੇਲਰ ਦੇ ਥੱਲੇ ਬੈਠਾ ਮਾਪੇ ਤੇ ਆ ਵੀਡੀਓ ਪਤਾ ਨਹੀਂ ਤੇ ਬਾਬੇ ਉਹ ਹੋ ਗਿਆ ਕੰਮ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀ ਤੇ ਆ ਹੋਇਆ ਵੀ ਹੁਣ ਆਪਾਂ ਟੱਕ ਤੇ ਸੀਗੇ ਅੱਜ ਮੈਂ ਸੋਚਿਆ ਤੁਹਾਨੂੰ ਦੱਸ ਦਿੱਤਾ ਜਾਵੇ ਤੇ ਮਤਲਬ ਜਦੋਂ ਆਪਣੇ ਨਾਲ ਅਣਹੋਣੀ ਹੋ ਜੇ ਕਿਵੇਂ ਡੀਲ ਕਰਨਾ ਤੇ ਮੈਂ ਤੋਂ ਤੁਹਾਨੂੰ ਦਿਖਾਉਣਾ ਵੀ ਕੀ ਹੋਇਆ ਉਧਰੋਂ ਆ ਰਿਹਾ ਸੀਗਾ ਮੈਂ ਉੱਥੇ ਨਾ ਟਾਇਰ ਇੱਕਦਮ ਪਾਟ ਗਿਆ ਟ੍ਰੇਲਰ ਦਾ ਤੇ ਉੱਥੇ ਖਿਲ ਰਿਹਾ ਹੋਇਆ ਸੀ ਸਾਰਾ ਸਮਾਨ ਸਮੂਨ ਤੇ ਫਿਰ ਆਲਰੇਡੀ ਨਾ ਪੁਲਿਸ ਆ ਗਈ ਸੀਗੀ ਉਹ ਪੀਪੀ ਤੇ ਆ ਬਾਬੇ ਦੇਖ ਸਕਦੇ ਹੋ ਤੁਸੀਂ ਜਮਾਟ ਨਹੀਂ ਆ ਬਾਬੇ ਟਾਇਰ ਬਲੋਨ ਅਪ ਹੋ ਗਿਆ ਮਤਲਬ ਪਾਟ ਗਿਆ ਟਾਇਰ ਜਮਾ ਮਤਲਬ ਕੰਡਮ ਹੋ ਗਈ ਚੀਜ਼ ਤੇ ਨਾਲ ਦੇ ਨਾਲ ਮੈਨੂੰ ਲੱਗ ਗਿਆ ਸੀਗਾ ਪਤਾ ਤੇ ਮੈਂ ਨਾਲ ਦੇ ਨਾਲ ਇੱਧਰ ਸਾਈਡ ਤੇ ਰੋਕ ਲਿਆ ਹਾਈਵੇ ਤੇ ਉੱਥੇ ਪਿੱਛੇ ਮਤਲਬ ਓ ਪੀ ਪੀ ਵੀ ਆ ਗਈ ਸੀਗੀ ਇੱਧਰੋਂ ਉਹਨੇ ਉੱਥੇ ਉਹ ਖਿਲ ਰਿਹਾ ਹੋਇਆ ਸੀ ਸਮਾਨ ਉਹ ਉੱਥੇ ਜੇ ਅਤੇ ਤਾਂ ਕਰਕੇ ਉਹਨੇ ਚੱਕ ਚੁੱਕ ਦਿੱਤਾ ਸਮਾਨ ਜਿਹਾ ਸਾਰਾ ਅਤੇ ਮੈਂ ਤਾਂ ਉਹ ਤੋਂ ਪਹਿਲਾਂ ਹੀ ਸਾਈਡ 'ਤੇ ਜਦੋਂ ਨਾਲ ਦੇ ਨਾਲ ਮੈਂ ਜਦੋਂ ਉੱਥੇ ਹੋਇਆ ਗਾ ਅਤੇ ਇੰਨਾ ਕੁ ਟਾਈਮ ਤਾਂ ਲੱਗਣਾ ਹੀ ਸੀਗਾ ਰੁਕਣ 'ਚ ਅਤੇ ਮੈਂ ਨਾਲ ਦੇ ਨਾਲ ਸਾਈਡ 'ਤੇ ਰੋਕ ਲਿਆ ਆਪਾਂ ਕਰਤੀ ਕਾਲ ਡਿਸਪੈਚ ਨੂੰ ਕਾਲ ਕਰਨੀ ਹੁੰਦੀ ਆ ਆਪਾਂ ਅਤੇ ਉਹ ਕਹਿੰਦੇ ਵੀ ਆ ਜਾਂਦੀ ਆ ਸਰਵਿਸ ਤੁਹਾਨੂੰ ਟਾਇਰ ਉਹਨੂੰ ਦੱਸਤਾ ਵੀ ਭਾਈ ਆ ਇੱਦਾਂ ਇੱਦਾਂ ਚੀਜ਼ ਹੋਈ ਆ ਅਤੇ ਦੇਖੋ ਹੁਣ ਸਰਵਿਸ ਕਿੰਨੇ ਟਾਈਮ ਤੱਕ ਆਉਂਦੀ ਆ ਅਤੇ ਬਾਬੇ ਧਿਆਨ ਨਾਲ ਹੈ ਨਾ ਵੀ ਜਦੋਂ ਵੀ ਆਪਾਂ ਇੰਸਪੈਕਸ਼ਨ ਤਾਂ ਕੀਤੀ ਸੀਗੀ ਇਹਦੀ ਕੀ ਪਤਾ ਕੀ ਚੱਕਰ ਪਿਆ ਕਿਵੇਂ ਪਾਟ ਪੂਟ ਗਿਆ ਹੈ ਨਾ ਬਾਹਰ ਬਾਬੇ ਖੜਕਾ ਬਾਹਲਾ ਹੋ ਰਿਹਾ ਸੀਗਾ ਫਿਰ ਮੈਂ ਸੋਚਿਆ ਵੀ ਅੰਦਰ ਬਹਿ ਜਾਈਏ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਵੀ ਉੱਥੇ ਤੁਸੀਂ ਦੇਖਿਆ ਜਿਹੜਾ ਉਹ ਐਗਜ਼ਿਟ ਗਲਫ ਵਾਲਾ ਹੀ ਆ ਜਿੱਥੇ ਮਤਲਬ ਮੈਂ ਰਹਿੰਦਾ ਗਾ ਅਤੇ ਇੱਥੇ ਮਤਲਬ ਆ ਕੇ ਇੱਕਦਮ ਟਾਇਰ ਪਾੜ ਗਿਆ ਜਮੀ ਅਤੇ ਐਗਜ਼ਿਟ ਦੇ ਨਾਲ ਹੀ ਅਤੇ ਮੈਂ ਨਾਲ ਹੀ ਰੋਕ ਲਿਆ ਫਿਰ ਜੇ ਉੱਧਰੋਂ ਫਿਰ ਓ ਪੀ ਪੀ ਕੁਦਰਤੀ ਤੌਰ 'ਤੇ ਆ ਗਈ ਹੈ ਨਾ ਅਤੇ ਉਹਨੇ ਦੇਖਿਆ ਅਤੇ ਉਹ ਪਿੱਛੇ ਕਾਫੀ ਟਾਇਰ ਮਤਲਬ ਰੋਡ 'ਤੇ ਹੈ ਨਾ ਟਾਇਰ ਖਿਲਰ ਗਿਆ ਸੀ ਸਾਰਾ ਅਤੇ ਉਹਨੇ ਉਹ ਰਬੜ ਰੁਬੜ ਜੀ ਚੱਕ ਕੇ ਪਾਸੇ ਰੱਖ ਤੀ ਅਤੇ ਰੱਖ ਰੁੱਕ ਕੇ ਅਤੇ ਬਾਅਦ 'ਚ ਮੇਰੇ ਕੋਲ ਆਈ ਇੱਧਰ ਮੈਡਮ ਸੀਗੀ ਅਤੇ ਉਹ ਆ ਕੇ ਮੈਨੂੰ ਉਹਨੇ ਪੁੱਛਿਆ ਹੈ ਨਾ ਵੀ ਕਿਵੇਂ ਆਲ ਰਾਈਟ ਵੀ ਮਤਲਬ ਕਿੰਨੇ ਕੁ ਟਾਇਰ ਟੂਰ ਕਿੰਨੇ ਕੁ ਪਾਟਿਆ ਮੈਂ ਵੀ ਇਕੱਲਾ ਇੱਕ ਟਾਇਰ ਹੀ ਪਾਟਿਆ ਗਾ ਅਤੇ ਮੈਂ ਆਲਰੇਡੀ ਡਿਸਪੈਚ ਨੂੰ ਕਾਲ ਕਰਤੀ ਅਤੇ ਸਰਵਿਸ ਆਉਣ ਦੀ ਪਏ ਆ ਉਹ ਕਹਿੰਦੀ ਓਕੇ ਮੈਂ ਜਸਟ ਮੇਕਿੰਗ ਸ਼ੋਰ ਕਰ ਰਹੀ ਸੀਗੀ ਵੀ ਕੋਈ ਚੱਕਰ ਬਾਤ ਤਾਂ ਨਹੀਂ ਹੈ ਮੈਂ ਨਹੀਂ ਨਹੀਂ ਮੈਂ ਇੰਨੀ ਕੀ ਗੱਲ ਸੀਗੀ ਅਤੇ ਉਹ ਜਾਵੜੀ ਹੈ ਨਾ ਬਾਅਦ 'ਚ ਅਤੇ ਹੁਣ ਆਪਾਂ ਖੜ੍ਹੇ ਹਾਂ ਇੱਥੇ ਅਤੇ ਸਰਵਿਸ ਦੀ ਵੇਟ ਕਰ ਰਹੇ ਹਾਂ ਵੀ ਇਹਦਾ ਇਨ ਦਾ ਸੈਂਸ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਵੀ ਫਿਰ ਕੋਈ ਚੱਕਰ ਨਹੀਂ ਹੋਇਆ ਹੈ ਨਾ ਵੀ ਓ ਪੀ ਪੀ ਆ ਗਈ ਕਿੱਡੇ ਕੁ ਗੱਲ ਹੋ ਗਈ ਉਹਨੇ ਇੱਕ ਸਵਾਲ ਪੁੱਛਿਆ ਆਪਾਂ ਦੱਸਤਾ ਅਤੇ ਆਪਣੀ ਕਿਉਂਕਿ ਆਪਣੀ ਕੋਈ ਗਲਤੀ ਨਹੀਂ ਗੀ ਆਪਾਂ ਕਿਹੜਾ ਖੁਦ ਸੂਏ ਨਾਲ ਪਾੜਤਾ ਟਾਇਰ ਹੈ ਨਾ ਆਪਦੇ ਆਪ ਹੀ ਪਾੜ ਗਿਆ ਟਾਇਰ ਅਤੇ ਕੋਈ ਚੱਕਰ ਨਹੀਂ ਵੀ ਜਦੋਂ ਪੁਲਿਸ ਵਾਲਾ ਤੁਹਾਨੂੰ ਮਿਲਦਾ ਓ ਪੀ ਪੀ ਜਾਂ ਕੋਈ ਵੀ ਕਿਤੇ ਵੀ ਤੁਸੀਂ ਘਿਰਦੇ ਹੋ ਹੈ ਨਾ ਜੇ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਤਾਂ ਉਵੇਂ ਨਹੀਂ ਘਬਰਾਉਣ ਦੇਣੀ ਹੈ ਨਾ ਤੁਸੀਂ ਜੇ ਤੁਹਾਡੀ ਤੁਸੀਂ ਕਿਤੇ ਨਾ ਕਿਤੇ ਗਲਤ ਹੋਵੋਗੇ ਤਾਂ ਤੁਹਾਡੇ ਮੂੰਹ 'ਤੇ ਮਤਲਬ ਪਤਾ ਚੱਲ ਜੂ ਵੀ ਤੁਸੀਂ ਘਬਰਾਏ ਹੋਏ ਹੋ ਹੈ ਨਾ ਨਰਵਸ ਹੋ ਤੁਸੀਂ ਅਤੇ ਮਤਲਬ ਜੋ ਵੀ ਕੁਐਸਚਨ ਪੁੱਟ ਕਰਦੇ ਆਪਾਂ ਉਹਨਾਂ ਦਾ ਆਂਸਰ ਸਹੀ ਸੀ ਦੇ ਦਈਏ ਅਤੇ ਉਹ ਜਾਵੜੀ ਉਹਨੇ ਕੁਛ ਵੀ ਨਹੀਂ ਕਿਹਾ ਤਾਂ ਹੀ ਕਹਿੰਦੇ ਬਾਬੇ ਵੀ ਬਾਹਰ ਗੋਰੇ ਨਾ ਸਾਫ਼ ਸਫਾਈ ਪੂਰੀ ਰੱਖਦੇ ਉਹ ਟਾਇਰ ਪਾਟਿਆ ਸੀਗਾ ਹੁਣ ਉਹ ਸਾਰਾ ਚੱਕਣ ਲੱਗ ਗਿਆ ਅਤੇ ਉਹ ਓ ਪੀ ਪੀ ਤਾਂ ਪਾਸੇ ਕਰਕੇ ਗਈ ਸੀ ਅਤੇ ਇਹ ਹੁਣ ਲੈ ਕੇ ਆਉਣਗੇ ਗਾਂਹ ਗਾਰਬੇਜ ਕਰਨਗੇ ਇਹਨਾਂ ਨੂੰ ਆ ਟਾਇਰ ਪਾਣੀ ਨਾਲ ਚੇਂਜ ਹੁੰਦਾ ਪਤਾ ਨਹੀਂ ਕੀ ਆ ਪਾਣੀ ਆ ਕੀ ਆ ਅਤੇ ਲਹਾ ਕੇ ਅਤੇ ਬਾਈ ਉੱਧਰ ਜਾ ਵੜਿਆ ਉਹ ਅਤੇ ਇਕੱਲਾ ਰਿਮ ਰਹਿ ਗਿਆ ਇੱਥੇ ਹੁਣ ਟਾਇਰ ਲੈ ਕੇ ਆਊਗਾ ਉਹ ਆਹ ਸੰਦ ਪੱਲੇ ਆ ਦੋ ਅਤੇ ਉਹ ਤੋਂ ਬਾਅਦ ਦੇਖੋ ਕੀ ਬਣਦਾ ਅਤੇ ਬਾਈ ਕਹਿੰਦਾ ਮੈਨੂੰ ਵਿੱਚ ਨਾ ਲੈ ਕੇ ਤਾਂ ਆਪਾਂ ਉਹਨੂੰ ਲੈ ਕੇ ਨਹੀਂ ਆ ਰਹੇ ਵਿੱਚ ਪਰ ਅਤੇ ਹੁਣ ਆਪਣੇ ਕੋਲ ਸਰਵਿਸ ਪਹੁੰਚ ਗਈ ਸੀ ਮਤਲਬ 2 ਘੰਟੇ ਲੱਗ ਗਏ ਉਹਨੂੰ ਆਉਣ ਆਉਣ 'ਚ ਅਤੇ ਉਹ ਪਿਆ ਟਾਇਰ ਉੱਧਰ 2 ਘੰਟੇ ਲੱਗ ਗਏ ਸਰਵਿਸ ਆਉਣ 'ਚ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਟਾਇਰ ਚੇਂਜ ਹੋਣ ਤੋਂ ਬਾਅਦ ਹਾਲਤ ਇਹਦੀ ਚਲੋ ਠੀਕ ਆ ਕੱਢ ਲਿਆਂਦਾ ਬਾਈ ਨੇ ਟਾਇਰ ਨਵਾਂ ਨਕੂਰ ਹੁਣ ਇਹ 'ਚ ਹਵਾ ਹੁਆ ਭਰੂਗਾ ਹੁਣ ਇਹ 'ਚ ਕਰੂਗਾ ਜੁਗਾੜ ਪਾਣੀ ਸਾਰਾ ਪੁੱਛਦਾ ਮੈਂ ਜੇ ਮੰਨ ਕੇ ਤਾਂ ਆਹ ਬਾਈ ਦੀ ਗੰਨ ਗੁਣ ਪਤਾ ਨਹੀਂ ਇਹ ਪੰਪ ਹੋਊਗਾ ਦੂਜਾ ਹਾਂ ਪੰਪ ਆ ਇਹ ਉਹ ਵਾਲਾ ਅਤੇ ਕਰੂੰ ਹੁਣ ਕੁਛ ਬਣੂ ਕੁਛ
काम तो उही हो गया, करता उही काम वाला काम हो गया, बट चलो I'm not including you in the video. Yeah, I'm not including you. टायर बाबे हो गया डन, ट्रेलर का 2.5 घंटे पासे खड़े हो गए बाबे। चलो हम आप चलते हैं यार, चला देंगे फिर जाके हम ट्रेलर। तो अज की वीडियो चाही सी, उम्मीद करदा थोनू सारे वधिया लगी हो, जो वधिया लगी तो बाबे लाइक शेयर कमेंट जरूर कर दियो। चलो मिलते हैं किसी होर वीडियो।